ਕੀ ਸੀ ਕਮਾ ਕੇ ਪੁੱਤ ਤੋਹਰਿਆ ਜਿਦੈ ਲੁਧਿਆਣੇ ਹੁਣੀ ਸੀ ਵੇ ਭਰਤੀ ਹਾਂਜੀ ਦੋਸਤੋ ਜੋ ਵੀਡੀਓ ਤੁਸੀਂ ਆਪਣੇ ਸਕਰੀਨ ਉੱਪਰ ਚੱਲਦੀ ਦੇਖ ਰਹੇ ਹੋਗੇ ਇਹ ਅਗਨੀ ਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਹੈ ਜਦੋਂ ਉਹ ਟ੍ਰੇਨਿੰਗ ਪੂਰੀ ਕਰਕੇ ਘਰ ਵਾਪਸ ਪਰਤਿਆ ਸੀਗਾ ਸੋ ਸਾਰੇ ਪਰ ਆ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦੇ ਕਿ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸੋ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬਾਈ ਟ੍ਰੇਨਿੰਗ ਪੂਰੀ ਕਰਕੇ ਘਰ ਵਾਪਸ ਪਰਤਿਆ ਸੀ ਤਾਂ ਕਿੰਨਾ ਖੁਸ਼ੀ ਤੇ ਪਿੰਡ ਵਾਲਿਆਂ ਦੱਸਣ ਅਨੁਸਾਰ ਇਹ ਬਹੁਤ ਹੀ ਸੰਸਕਾਰੀ ਬੱਚਾ ਸੀਗਾ ਤੁਸੀਂ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਿੰਡ ਵਾਸੀਆਂ ਨੂੰ ਕਿਵੇਂ ਹੱਸ ਕੇ ਮਿਲਦਾ ਪਿਆ ਸੋ ਉਹ ਤੁਹਾਨੂੰ ਦੱਸਦੀ ਕਿ ਅਗਨੀ ਵੀਰ ਸਕੀ ਪਾਲ ਸਿੰਘ ਦੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਨੂੰ ਕੋਈ ਸਹੀ ਦਾ ਦਰਜਾ ਨਹੀਂ ਦਿੱਤਾ ਗਿਆ ਇਸ ਨੂੰ ਇੱਕ ਸਿੰਪਲ ਐਂਬੂਲੈਂਸ ਦੇ ਵਿੱਚ ਲਿਆਂਦਾ ਗਿਆ ਤੇ ਨਾ ਹੀ ਉੱਥੇ ਸਲਾਮੀ ਦੇਣ ਖਾਤਰ ਕੋਈ ਆਰਮੀ ਦਾ ਬੰਦਾ ਪਹੁੰਚਿਆ ਇੱਕ ਇੱਕ ਲੋਕਲ ਪੁਲਿਸ ਸਟੇਸ਼ਨ ਦੇ ਕਰਮਚਾਰੀ ਆਏ ਸੀ ਜਿਨ੍ਹਾਂ ਨੇ ਆ ਕੇ ਇਸ ਨੂੰ ਸਲਾਮੀ ਦਿੱਤੀ ਤੁਸੀਂ ਸਕਰੀਨ ਉੱਪਰ ਚੱਲਦੀ ਇਹ ਵੀਡੀਓ ਵੀ ਦੇਖ ਸਕਦੇ ਹੋ ਸੋ ਜੋ ਕਿ ਬਹੁਤ ਹੀ ਗਲਤ ਗੱਲ ਆ ਗਈ ਸੋ ਤੁਹਾਡੇ ਇਹਨਾਂ ਗੱਲਾਂ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਿਓ ਜੇਕਰ ਇਦਾਂ ਹੀ ਹੁੰਦਾ ਰਿਹਾ ਤਾਂ ਕੋਈ ਵੀ ਪੰਜਾਬ ਦਾ ਮੁੰਡਾ ਆਰਮੀ ਦੇ ਵਿੱਚ ਜਾਊਗਾ ਨਹੀਂ ਕਿਉਂਕਿ ਉਹ ਆਪਣੀ ਜ਼ਿੰਦਗੀ ਹੈ ਜਿਹੜੀ ਕਿ ਇੱਕ ਦੇਸ਼ ਦੇ ਲੇਖੇ ਲਾ ਦਿੰਦੇ ਨੇ ਪਰ ਉਹਨਾਂ ਨੂੰ ਸ਼ਹੀਦ ਹੋਣ ਤੋਂ ਬਾਅਦ ਕੋਈ ਵੀ ਸ਼ਹੀਦ ਨਹੀਂ ਕਹੂਗਾ ਤੇ ਬਾਕੀ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਹੋ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੇ ਰੱਬ ਰਾਖਾ